ਹੈਲੋ ਜੀ ਸ਼ਸ਼ੀਕਲ ਸਲਾਮ ਨਮਸਤੇ ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬੀ ਬਲੌਗਰ ਰਿਤਿਕਾ ਸ਼ਰਮਾ ਰੀਅਲ ਲਾਈਫ ਅੱਜ ਮੈਂ ਬਣਾਉਣ ਜਾ ਰਹੀਆਂ ਪਾਲਕ ਪਨੀਰ ਪਾਲਕ ਮੈਂ ਚੰਗੀ ਤਰ੍ਹਾਂ ਧੋ ਲਿਆ ਪਾਲਕ ਦੇ ਵਿੱਚ ਥੋੜਾ ਜਿਹਾ ਧਨੀਆ ਔਰ ਹਰੀ ਮੇਥੀ ਵੀ ਪਾਈ ਆ ਪਾਲਕ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਕੱਟਣ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਇੱਕ ਬਾਣੀ ਚ ਹੋਰ ਧੋਉਂਗੀ ਪਾਲਕ ਕੁੱਕਰ ਚ ਪਾ ਕੇ ਥੋੜਾ ਜਿਹਾ ਨਮਕ ਪਾ ਦੇਣਾ 2 ਬਿਸਲਾ ਬਜਾ ਲੈਣੀਆਂ ਨੇ ਪਾਲਕ ਪਨੀਰ ਦੀ ਰੈਸਪੀ ਪਹਿਲਾਂ ਵੀ ਮੇਰੇ ਚੈਨਲ ਤੇ ਹੈਗੀ ਆ ਉਹ ਅਲੱਗ ਤਰੀਕੇ ਨਾਲ ਬਣਾਇਆ ਸੀ ਇਹ ਅਲੱਗ ਤਰੀਕੇ ਨਾਲ ਬਣਾ ਰਹੀ ਆ ਲਸਣ ਅਦਰਕ ਹਰੀ ਮਿਰਚ ਇਹਨਾਂ ਨੂੰ ਗ੍ਰाइंड ਕਰ ਲੈਣਾ ਏ ਥੋੜਾ ਜਿਹਾ ਪਾਣੀ ਪਾ ਕੇ ਹਲੋ ਜੀ ਸ਼ਸ਼ਿਕਾ ਸਲਾਮ ਨਮਸਤੇ ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬੀ ਬਲੌਗਰ ਰਿਤਿਕ ਸ਼ਰਮਾ ਰੀਅਲ ਲਾਈਫ ਪਿੱਛੇ ਮਸ਼ੀਨ ਤੇ ਕੱਪੜਾ ਢੇਰ ਲੱਗਾ ਹੋਇਆ ਸਲਾਈ ਵਾਲਾ ਸਲਾਈ ਕਰਨੇ ਆ ਕੱਪੜੇ ਤੇ ਸ਼ਾਮ ਦਾ ਟਾਈਮ ਹੋ ਰਿਹਾ 6 ਵਜੇ ਹੋਇਆ। ਹਿਮਾਂਸ਼ੂ ਵੀ ਆ ਗਿਆ ਟਿਊਸ਼ਨ ਤੋਂ। ਦਿਸਣਾ ਨਹੀਂ ਇੱਧਰ। ਤੇ ਬਸ ਮੈਂ ਪਾਲਕ ਰੱਖੀ ਸੀ ਉਸ ਤੋਂ ਬਾਅਦ ਚੱਲ ਗਈ ਲਾਈਟ ਲਾਈਟ ਇੰਨਾ ਤੰਗ ਕਰ ਰਹੀ ਆ ਤੇ ਹੁਣ ਕੀਤੇ ਆ ਇਹ। ਲਸਣ ਪਿਆਜ਼ ਅਦਰਕ ਗ੍ਰाइंड ਕਰਕੇ ਹੱਟੀਆਂ ਬਸ ਹੁਣ ਇਹਨਾਂ ਨੂੰ ਪਾਲਕ ਨੂੰ ਤੜਕਾ ਤੁੜਕਾ ਲਗਾਣਾ ਹੈ। ਤੇ ਲਾਈਟ ਨੇ ਬਹੁਤ ਤੰਗ ਕੀਤਾ ਹੋਇਆ ਸਟਫ। ਨਾਨੀ ਇਹ ਮੇਰਾ ਨਾਨੀ ਅਲੇ ਅਲੇ ਅਈ ਅਈ ਕੀ ਕਰਦਾ ਸੀ ਕੌਣ ਆਇਆ ਸਭ ਕੌਣ ਆਇਆ ਹੈ ਇਹ ਕੌਣ ਆਇਆ ਹੈ ਹੈਲੋ ਇਹ ਮੇਰਾ ਨਾਨੀ ਬੁੱਚੀ ਕੀ ਕਰਦਾ ਸੀ ਕੀ ਕਰਦਾ ਸੀ ਹਾਂਜੀ 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 ਠੰਡ ਹੋ ਗਿਆ ਨਾ ਅੰਦਰ ਚੱਲੀ ਇਹ ਮਿੱਡਾ ਬੁਗੜੂ ਬੁਗੜੂ ਕੋਈ ਮੇਰਾ ਬੁਗੜੂ ਬੁਗੜੂ ਇਸਮਾਈਲ ਕਰਦੇ ਫਿਰ ਕਰਦੇ ਫਿਰ ਇਸਮਾਈਲ ਚਿਚੀ ਲੈ ਕੇ ਆਏ ਸਟਫੂ ਦੇ ਲਈ ਚਿਚੀ ਇੱਕ ਮਿੰਟ ਇੱਥੇ ਰੁਕੀ ਮੈਂ ਹਾਂਜੀ ਖੋਲੋ ਖੋਲੋ ਚਲੋ ਜੀ ਹੁਣ ਦੇਖੇ ਕਿੱਦਾਂ ਨੇ ਦੌੜ ਕੇ ਜਾਣਾ ਹਿਮਨ ਸ਼ਕਲ ਚਲੋ 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 ਆਗੀ ਮੈਂ ਵੀ ਆ ਗਿਆ ਨੋਨੀ ਕੌਣ ਆਇਆ ਚਿਚੀ ਕਿਥੇ ਚਿਚੀ ਚਿਚੀ ਸਟਫੂ ਦੀ ਚਿਚੀ ਪਾਲਕ ਨੂੰ ਤੜਕਾ ਲਾਉਣ ਤੋਂ ਪਹਿਲਾਂ ਮੈਂ ਸਟਫੀ ਦਾ ਜਿਹੜਾ ਬੈੱਡ ਆ ਉਹਨੂੰ ਸੈੱਟ ਕਰ ਦੂੰਗੀ ਕਿਉਂਕਿ ਸ਼ਾਮ ਹੋ ਗਈ ਠੰਡ ਹੋ ਰਹੀ ਆ ਤੇ ਮੈਂ ਹਲੇ ਕੱਪੜੇ ਪਿਛਾਣੀ ਲੱਗੀ ਸੀ ਨਾਲ ਦੀ ਨਾਲ ਬਿਚਾ ਕੇ ਬੈਠ ਗਿਆ ਸੀ ਉਹ ਉਹਨੂੰ ਹਰ ਪਲ ਚਾਹੀਦਾ ਕਿ ਕੋਈ ਨਾ ਕੋਈ ਮੇਰੇ ਨਾਲ ਖੇਡਦਾ ਰਹੇ ਛੋਟੇ ਬੱਚਿਆਂ ਦੀ ਤਰ੍ਹਾਂ ਬਸ ਹਰ ਟਾਈਮ ਇੱਕ ਜਾਣਾ ਤੇ ਇਹਦੇ ਉੱਪਰ ਲੱਗਿਆ ਹੀ ਰਹਿੰਦਾ ਕੋਈ ਨਾ ਕੋਈ ਇਹਨੂੰ ਚਾਹੀਦਾ ਹੀ ਚਾਹੀਦਾ ਛੋਟਾ ਜਿਹਾ ਬੱਚਾ ਹੈ ਸਾਡੇ ਘਰ ਦਾ ਇਹ ਕਿਊਟ ਜਿਹਾ ਪਾਲਕ ਬਣ ਗਈ ਆ ਤੇ ਮੈਂ ਲੱਗੀਆਂ ਮੱਕੀ ਦਾ ਆਟਾ ਪਾਣ ਪਾਲਕ ਦੇ ਵਿੱਚ ਮੈਂ ਥੋੜੀ ਜੀ ਮੇਥੀ ਹਰੀ ਮੇਥੀ ਔਰ ਧਨੀਆ ਜ਼ਰੂਰ ਪਾਇਆ ਸੀ ਉਹ ਇਸ ਲਈ ਕਿ ਇਹਦੇ ਵਿੱਚ ਖੁਸ਼ਬੂ ਆਵੇ ਤੇ ਟੇਸਟ ਵੀ ਵਧੀਆ ਆਉਂਦਾ ਇਹ ਤੁਹਾਡੀ ਆਪਣੀ ਮਰਜ਼ੀ ਤੁਸੀਂ ਪਾਓ ਨਾ ਪਾਓ ਤੇ ਕੜਾਈ ਦੇ ਵਿੱਚ ਮੈਂ ਸਰੋਂ ਦਾ ਤੇਲ ਲਿਆਏ ਹਰੀ ਮਿਰਚ ਅਦਰਕ ਲਸਣ ਦਾ ਪੇਸਟ ਹੁਣ ਮੈਂ ਲੱਗੀਆਂ ਫਰਾਈ ਕਰਨਾ ਤੇ ਟਮਾਟਰ ਔਰ ਪਿਆਜ਼ ਵੀ ਗ੍ਰाइंड ਕਰ ਲੈਣੇ ਆ ਅਦਰਕ ਲਸੰਦਾ ਪੇਸਟ ਜਿਹੜਾ ਉਹ ਹੋ ਗਿਆ ਏ ਚੰਗੀ ਤਰ੍ਹਾਂ ਫਰਾਈ ਹੁਣ ਉਹਦੇ ਵਿੱਚ ਮੈਂ ਟਮਾਟਰ ਔਰ ਪਿਆਜ਼ ਦੋਨਾਂ ਦਾ ਪੇਸਟ ਪਾਤਾ ਏ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਏ ਦੂਸਰੀ ਸਾਈਡ 'ਤੇ ਲੱਗੀਆਂ ਪਾਲਕ ਗ੍ਰाइंड ਕਰਨਾ ਜਿੰਨਾ ਕ ਹੱਥ ਨਾਲ ਹੋਇਆ ਸੀ ਹੱਥ ਨਾਲ ਕਰਨ ਤੋਂ ਬਾਅਦ ਦੂਸਰੀ ਸਾਈਡ 'ਤੇ ਥੋੜਾ ਜਿਹਾ ਪੱਕਣ ਵਾਸਤੇ ਬਾਕੀ ਦਾ ਆਟਾ ਪਾਇਆ ਸੀ ਪਾਲਕ ਦੇ ਵਿੱਚ ਵੀ ਉਹ ਪੱਕ ਜਾਵੇ ਸਿੰਮ ਤੇ ਰੱਖਿਆ ਹੋਇਆ ਪਾਲਕ ਗ੍ਰाइंड ਕਰ ਲਈ ਆ ਤੇ ਹੁਣ ਮੈਂ ਲੱਗੀ ਆ ਪਨੀਰ ਕੱਟਣ ਪਨੀਰ ਦੇ ਪੀਸ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਉਦੋਂ ਤੱਕ ਇਹ ਤਾਂ ਪਾਲਕ ਬਣਾ ਕੇ ਥੋੜਾ ਜਿਹਾ ਉਹਨੂੰ ਠੰਡੇ ਪਾਣੀ 'ਚ ਧੋਂਦੇ ਆ ਕਿ ਪਾਲਕ ਦਾ ਕਲਰ ਚੇਂਜ ਨਾ ਹੋਵੇ ਤੇ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈ ਆ ਮਸਾਲਾ ਬਣ ਕੇ ਤਿਆਰ ਹੋ ਗਿਆ ਸੀ ਵਿੱਚੇ ਇਹਦੇ ਪਾਲਕ ਪਤੀ ਆ ਤੇ ਪਾਲਕ ਪਨੀਰ ਦੀ ਰੈਸਪੀ ਪਹਿਲਾਂ ਵੀ ਮੇਰੇ ਚੈਨਲ ਤੇ ਹੈਗੀ ਆ ਉਹ ਦੂਸਰੇ ਤਰੀਕੇ ਨਾਲ ਬਣਾਈ ਹੋਈ ਆ ਅੱਜ ਮੈਂ ਦੂਸਰੇ ਤਰੀਕੇ ਨਾਲ ਬਣਾ ਰਹੀ ਹਾਂ ਪਾਲਕ ਪਾਨ ਤੋਂ ਬਾਅਦ ਥੋੜੀ ਦੇਰ ਗੈਸ ਤੇ ਬਿਲਕੁਲ ਸਿਮਤੇ ਰੱਖ ਦੇਣਾ ਹੈ ਜਿਹੜਾ ਮਸਾਲਾ ਹੈ ਪਾਲਕ ਦੇ ਵਿੱਚ ਐ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਹੁਣ ਮੈਂ ਲੱਗੀਆਂ ਮੱਕੀ ਦਾ ਆਟਾ ਥੋੜਾ ਜਿਹਾ ਕਣਕ ਦਾ ਆਟਾ ਲਿਆ ਤੇ ਮੂਲੀਆਂ ਵਿੱਚ ਪਾ ਕੇ ਹੁਣ ਇਹਨੂੰ ਗੁੰਨ ਲੈਣਾ ਹੈ ਮੱਕੀ ਦੇ ਆਟੇ ਔਰ ਮੂਲੀ ਦੀ ਪ੍ਰਾਂਟ ਲੱਗੀਆਂ ਮੈਂ ਪੂਰੀ ਬਣਾਉਣੀ ਬਹੁਤ ਟੇਸਟੀ ਬਣਦੀ ਹੈ ਮੂਲੀਆ ਥੋੜੀ ਥੋੜੀਆ ਕਰਕੇ ਪਾਣੀ ਆ ਔਰ ਪਾਣੀ ਵੀ ਬਸ ਜਿੰਨੀ ਕਿ ਜ਼ਰੂਰਤ ਹੈ ਇਕਦਮ ਨਹੀਂ ਪਾਣਾ ਨਹੀਂ ਤਾਂ ਹਿਸਾਬ ਜਾਂ ਨਹੀਂ ਰਹਿੰਦਾ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨ ਲੈਣਾ ਹੈ ਚੰਗੀ ਤਰ੍ਹਾਂ ਜੇ ਤੁਸੀਂ ਇੱਕਦਮ ਪਾਣੀ ਪਾ ਦੋਗੇ ਫਿਰ ਆਟੇ ਦਾ ਕੋਈ ਬੈਲੈਂਸ ਨਹੀਂ ਰਹਿੰਦਾ ਪਤਲਾ ਹੋਣ ਦਾ ਵੀ ਡਰ ਹੁੰਦਾ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਜਿੱਦਾਂ ਸੀ ਰੋਟੀਆਂ ਦੇ ਲਈ ਆਟਾ ਗੁੰਨਦਿਆਂ ਉਹਦਾ ਆਟਾ ਗੁੰਨ ਲੈਣਾ ਹੈ ਮੂਲੀ ਵਸੇ ਇੰਨੇ ਕ ਪਾਣੀ ਹੈ ਜਿੰਨੀ ਕ ਵੀ ਮੂਲੀ ਜ਼ਿਆਦਾ ਹੈਵੀ ਨਾ ਹੋਵੇ ਨਹੀਂ ਤਾਂ ਪੂਰੀ ਫੁੱਲਦੀ ਨਹੀਂ ਹੈਗੀ ਪਾਲਕ ਬਣ ਕੇ ਤਿਆਰ ਆ ਹੁਣ ਮੈਂ ਇਹਦੇ ਵਿੱਚ ਪਾ ਦੂੰਗੀ ਪਨੀਰ ਕਈ ਇਹਦੇ ਵਿੱਚ ਜੀਰਾ ਵੀ ਪਾਉਂਦੇ ਆ ਲਾਲ ਮਿਰਚ ਵੀ ਪਾਉਂਦੇ ਆ ਪਰ ਮੈਂ ਇੱਧਰ ਤਾਂ ਕੁਛ ਨਹੀਂ ਪਾਇਆ ਹਰੀ ਮਿਰਚ ਪਾਈ ਐ ਸਵਾਦ ਅਨੁਸਾਰ ਪਤਾ ਹੀ ਹੁੰਦਾ ਆਪਣੇ ਹਿਸਾਬ ਦਾ ਜਿੱਦਾਂ ਸੀ ਆਪਣਾ ਸਬਜੀ ਬਣਾਣੇ ਆ ਸਾਨੂੰ ਪਤਾ ਹੀ ਹੁੰਦਾ ਕਿ ਕਿੰਨੀ ਕੁ ਸਬਜੀ ਦੇ ਵਿੱਚ ਕਿੰਨਾ ਕੁ ਨਮਕ ਮਿਰਚ ਆ ਜਾਊਗਾ ਸਰੋਂ ਦਾ ਤੇਲ ਲਿਆ ਤੇ ਪੂਰੀ ਲੱਗੀਆਂ ਮੈਂ ਬਣਾਣ ਤੇਲ ਐਨ ਬਿਲਕੁਲ ਗਰਮ ਕਰ ਲੈਣਾ ਪਹਿਲੀ ਇੱਕ ਦੋ ਪੂਰੀ ਤਾਂ ਫੁੱਲੀ ਨਹੀਂ ਹੈਗੀ ਉਸ ਤੋਂ ਬਾਅਦ ਫਿਰ ਪੂਰੀਆਂ ਫੁੱਲ ਫੁੱਲ ਕੇ ਆਈਆਂ ਕੋਈ ਤੇਲ ਨਹੀਂ ਰਹਿੰਦਾ ਹੈਗਾ ਇਹਦੇ ਵਿੱਚ ਬਿਲਕੁਲ ਕਰੰਚੀ ਪੂਰੀਆਂ ਬਣਦੀਆਂ ਨੇ ਆਵਾਜ਼ ਕਿੰਨੀ ਕਰੰਚ ਹੈ ਵਾਓ ਵਾਓ ਇਹ ਪੂਰੀ ਦੀ ਆਵਾਜ਼ ਆ ਦੇਖੋ ਕਿੰਨੀ ਕਰੰਚ ਹੈ ਹਰ ਇੱਕ ਪੂਰੀ ਫੁੱਲ ਕੇ ਆ ਰਹੀ ਆ ਪਹਿਲਾਂ ਇੱਕ ਦੋ ਪੂਰੀਆਂ ਨਹੀਂ ਖੁੱਲੀਆਂ ਸੀ ਹੁਣ ਤਾਂ ਹਰ ਇੱਕ ਫੁੱਲ ਕੇ ਆ ਰਹੀ ਆ ਗੈਸ ਦੀ ਸਲਵ ਤੇ ਥੋੜਾ ਜਿਹਾ ਪੇੜਾ ਲੈ ਕੇ ਆਟੇ ਦਾ ਦੋਨੋਂ ਹੱਥ ਦੇ ਨਾਲ ਹਲਕਾ-ਹਲਕਾ ਦਬਾ ਕੇ ਥੋੜਾ-ਥੋੜਾ ਮੱਕੀ ਦਾ ਸੁੱਕਾ ਆਟਾ ਲਗਾਇਆ ਏ ਤੇ ਇਦਾਂ ਪੂਰੀ ਬੇਲ-ਬੇਲ ਕੇ ਫਿਰ ਪਾਈਆ ਤੇ ਪੂਰੀਆਂ ਸਾਰੀਆਂ ਫੁੱਲ ਕੇ ਆਰੀਆਂ ਨੇ ਖਾਂਜ ਬਹੁਤ ਸਵਾਦ ਬੰਦੀਆਂ ਨੇ ਡਿਨਰ ਥਾਲੀ ਆਪਣੀ ਤਿਆਰ ਆ ਮੱਕੀ ਦੇ ਆਟੇ ਦੀ ਪੂੜੀ ਪੂੜੀ ਪੂਰੀ ਜੋ ਵੀ ਆ ਨਾਲ ਦਹੀਂ ਆ ਪਾਲਕ ਪਨੀਰ ਹੈ ਚਾਵਲਾ ਅਦਰਕ ਦਾ ਆਚਾਰ ਆ ਔਰ ਮੂਲੀਆ ਸਲਾਦ ਦੇ ਵਿੱਚ ਹਾਂਜੀ ਹਿਮਾਂਸ਼ੂ ਕਿੱਦਾਂ ਵਧੀਆ ਤੂ ਕਿੰਨਾ ਕੁ ਟੇਸਟੀ ਬਣਿਆ ਬਹੁਤ ਬਹੁਤ ਵਧੀਆ ਆਪਾਂ ਖੋਲ ਸਕਦੀਆਂ ਮੈਂ ਫਾਈਵ ਸਟਾਰ ਹਾਂ ਫਾਈਵ ਸਟਾਰ ਹੀ ਕਹਿੰਦਾ ਅਸੀਂ ਕਰ ਰਹੇ ਆ ਅੱਜ ਦਾ ਡਿਨਰ ਇੰਜੋਏ ਤੁਸੀਂ ਵੀ ਖਾ ਲਓ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਖੁਸ਼ ਰਹੋ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ ਮਿਲਦੀ ਹਾਂ ਫਿਰ ਆਉਣ ਵਾਲੀ ਵੀਡੀਓਜ਼ ਤਦ ਤੱਕ ਲਈ ਬਾਏ ਬਾਏ